ਦਸ਼ਮੇਸ਼ ਪਬਲਿਕ ਸਕੂਲ ਪਗੜਾਣਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਘੁੰਮਣ ਅਤੇ ਪ੍ਰਿੰਸੀਪਲ ਵਰਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਪਰਨੀਤ ਕੌਰ ਪਗੜਾਣਾ ਨੇ 96% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਤਰਨਦੀਪ ਕੌਰ ਨੇ 94% ਅੰਕ ਪ੍ਰਾਪਤ ਕਰਕੇ ਦੂਜਾ ਤੇ ਜਸਪ੍ਰੀਤ ਕੌਰ ਨੇ 92% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਪਰਨੀਤ ਕੌਰ ਨੇ ਹਿਸਾਬ ਅਤੇ ਹਿੰਦੀ ਵਿੱਚੋਂ 100 ਵਿੱਚੋਂ 100 ਅਤੇ ਅੰਗਰੇਜ਼ੀ ਵਿੱਚੋਂ 99% ਅੰਕ ਪ੍ਰਾਪਤ ਕੀਤੇ ਨੇ। ਤਰਨਦੀਪ ਕੌਰ ਨੇ ਅੰਗਰੇਜ਼ੀ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਨੇ। 10ਵੀਂ ਜਮਾਤ ਦੇ ਸਾਰੇ ਬੱਚੇ 62% ਅੰਕ ਤੋਂ ਉੱਪਰ ਨੰਬਰ ਲੈ ਕੇ ਪਾਸ ਹੋਏ ਨੇ। ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਘੁੰਮਣ ਨੇ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੀ ਪ੍ਰਿੰਸੀਪਲ ਤੇ ਸਮੂਹ ਸਟਾਫ, ਵਿਦਿਆਰਥੀਆਂ ਦੀ ਲਗਨ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਜਾਂਦਾ ਹੈ, ਜਿਨ੍ਹਾਂ ਕਰਕੇ ਵਿਦਿਆਰਥੀਆਂ ਨੇ ਪ੍ਰਾਪਤੀ ਹਾਸਲ ਕੀਤੀ ਹੈ। ਅੱਜ ਦਸ਼ਮੇਸ਼ ਪਬਲਿਕ ਸਕੂਲ ਪੜ੍ਹਾਉਣਾ ਲਈ ਬੜਾ ਮਾਣ ਤੇ ਸ਼ਾਨ ਵਾਲਾ ਦਿਹਾੜਾ ਆ। ਅੱਜ ਦੇ ਦਿਨ ਪਰਮਾਤਮਾ ਨੇ ਬੜੀ ਵਾਰ ਕਿਰਪਾ ਕੀਤੀ ਸਕੂਲ ਦੇ ਉੱਤੇ ਕਿ ਸਕੂਲ ਦੀ ਬੱਚੀ ਪਰਨੀਤ ਕੌਰ ਨੇ 96% ਅੰਕ ਲੈ ਕੇ ਪੂਰੇ ਸਕੂਲ ਦੇ ਵਿੱਚੋਂ ਫਸਟ ਪੁਜੀਸ਼ਨ ਪ੍ਰਾਪਤ ਕੀਤੀ ਹੈ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚੀ ਨੇ 99% ਨੰਬਰ ਇੰਗਲਿਸ਼ ਵਿੱਚੋਂ ਔਰ ਮੈਥ ਅਤੇ ਹਿੰਦੀ ਦੇ ਵਿੱਚੋਂ 100 ਵਟਾ 100 ਅੰਕ ਪ੍ਰਾਪਤ ਕੀਤੇ ਆ। ਸਕੂਲ ਵਿੱਚੋਂ ਸੈਕਿੰਡ ਰਹਿਣ ਵਾਲੀ ਬੱਚੀ ਤਰਨਦੀਪ ਕੌਰ ਨੇ 94% ਨੰਬਰ ਲੈ ਕੇ ਇੰਗਲਿਸ਼ ਵਿੱਚੋਂ 100% ਅੰਕ ਪ੍ਰਾਪਤ ਕਰਕੇ ਔਰ ਜਸਪ੍ਰੀਤ ਕੌਰ ਨੇ 92% ਨੰਬਰ ਲੈ ਕੇ ਇਸ ਸਕੂਲ ਦਾ ਨਿਵਾਣ ਅਤੇ ਸ਼ਾਨ ਵਧਾਇਆ ਹੈ। ਸਾਰੇ ਬੱਚਿਆਂ ਨੇ ਔਰ ਮਾਤਾ ਪਿਤਾ ਅਤੇ ਪ੍ਰਿੰਸੀਪਲ ਮੈਡਮ ਦਾ ਖਾਸ ਕਰਕੇ ਬਹੁਤ ਧੰਨਵਾਦ ਕਰਦਾ, ਪ੍ਰਿੰਸੀਪਲ ਮੈਡਮ ਅਤੇ ਸਟਾਫ ਦਾ, ਜਿਨ੍ਹਾਂ ਨੇ ਪੂਰੀ ਦਿਨ ਰਾਤ ਮਿਹਨਤ ਕਰਕੇ ਇਸ ਬੱਚਿਆਂ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਦੇ ਵਿੱਚ ਪੂਰਾ ਉਪਰਾਲਾ ਕੀਤਾ। ਔਰ ਸਾਰੇ ਦੇ ਸਾਰੇ ਬੱਚੇ ਜਿਹੜੇ ਆ, ਸਭ ਤੋਂ ਲਾਸਟ ਬੱਚਾ 62% ਨੰਬਰ ਲੈ ਕੇ ਪਾਸ ਹੋਇਆ। ਸਾਰੇ ਦੇ ਸਾਰੇ ਬੱਚੇ 60% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਆ। ਬੜੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਅੱਗੇ ਵੀ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਦਸ਼ਮੇਸ਼ ਪਬਲਿਕ ਸਕੂਲ ਨੂੰ ਇਸੇ ਤਰ੍ਹਾਂ ਦੀ ਦੁੱਗਣੀ ਰਾਤ ਚੁੱਗਣੀ ਤਰੱਕੀ ਬਖਸ਼ੇ ਅਤੇ ਸਾਰੇ ਦੇ ਵਿੱਚ ਜ਼ਿਲ੍ਹੇ ਦੇ ਵਿੱਚੋਂ ਟੌਪ ਆਉਣ ਦੀ ਜਿਹੜੀ ਹੈਗੀ ਆ ਆਸ਼ੀਰਵਾਦ ਦੇਵੇ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਮਿਹਨਤ ਅਤੇ ਲਗਨ ਕਰਾਉਣ ਦਾ ਉਪਰਾਲਾ ਬਖਸ਼ੇ ਤਾਂ ਜੋ ਅਸੀਂ ਜ਼ਿਲ੍ਹੇ ਦੇ ਵਿੱਚੋਂ ਟੌਪ ਕਰਕੇ ਇਸ ਸਕੂਲ ਨੂੰ ਦੇ ਨਾਮ ਨੂੰ ਚਮਕਾ ਸਕੀਏ। ਦਸ਼ਮੇਸ਼ ਸਕੂਲ ਪਗੜਾਣਾ ਦੇ ਪ੍ਰਿੰਸੀਪਲ, ਅੱਜ ਮੈਨੂੰ ਬੜਾ ਮਾਣ ਅਤੇ ਫਖਰ ਹੋ ਰਿਹਾ ਕਿ ਸਾਡੇ ਸਕੂਲ ਦੀ ਪਰਨੀਤ ਕੌਰ 96% ਨੰਬਰ ਲੈ ਕੇ ਫਸਟ ਪੁਜੀਸ਼ਨ ਪ੍ਰਾਪਤ ਕੀਤੀ ਹੈ ਅਤੇ ਸੈਕਿੰਡ ਪੁਜੀਸ਼ਨ ਤਰਨਦੀਪ ਕੌਰ ਜੀ ਦੇ 94% ਨੰਬਰ ਲਏ ਨੇ ਅਤੇ ਥਰਡ ਪੁਜੀਸ਼ਨ ਵਾਲੀ ਜਸਪ੍ਰੀਤ ਕੌਰ ਨੇ 92% ਨੰਬਰ ਲਏ ਨੇ। ਮੈਂ ਇਹਦਾ ਸਿਹਰਾ ਸਾਰੇ ਸਕੂਲ ਸਟਾਫ ਨੂੰ ਅਤੇ ਬੱਚਿਆਂ ਨੂੰ ਦਿੰਦੀ ਹਾਂ। ਇਹਨਾਂ ਦੀ ਅਥਕ ਮਿਹਨਤ ਦੇ ਨਾਲ ਇੰਨੀ ਸਫਲਤਾ ਮਿਲੀ ਹੈ। ਪਰਮਾਤਮਾ ਦਾ ਬੜਾ ਸ਼ੁਕਰਾਨਾ ਕਰਦੀ ਹਾਂ ਕਿ ਜੋ ਅਸੀਂ ਪਰਮਾਤਮਾ ਅੱਗੇ ਅਰਦਾਸ ਕੀਤੀ ਸੀ ਸਾਡੀ ਕਬੂਲ ਕੀਤੀ ਹੈ ਦਾਤੇ ਨੇ। ਅੱਗੇ ਤੋਂ ਵੀ ਸਾਨੂੰ ਹਿੰਮਤ ਬਖਸ਼ੇ ਦਾਤਾ ਵੀ ਅਸੀਂ ਐਵੇਂ ਮਿਹਨਤ ਕਰਦੇ ਰਹੀਏ ਅਤੇ ਸਕੂਲ ਚੜ੍ਹਦੇ ਕਲਾ 'ਚ ਰਹੇ। ਥੈਂਕ ਯੂ। ਮੈਂ ਪਰਨੀਤ ਕੌਰ, ਪੁੱਤਰੀ ਸਰਦਾਰ ਗੁਰਦੀਪ ਸਿੰਘ, ਮੈਂ ਪਿੰਡ ਪਗੜਾਣਾ ਦੀ ਰਹਿਣ ਵਾਲੀ ਹਾਂ। ਮੈਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਗੜਾਣਾ ਵਿੱਚੋਂ 10ਵੀਂ ਜਮਾਤ ਵਿੱਚੋਂ 96% ਅੰਕ ਪ੍ਰਾਪਤ ਕਰਕੇ ਆਪਣੇ ਟੀਚਰਸ ਦੀ, ਆਪਣੇ ਸਕੂਲ ਦੀ ਸ਼ਾਨ ਵਧਾਈ। ਮੈਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਪ੍ਰਿੰਸੀਪਲ ਸਰ, ਪ੍ਰਿੰਸੀਪਲ ਮੈਮ, ਆਪਣੇ ਸਟਾਫ ਅਤੇ ਆਪਣੇ ਟੀਚਰਸ ਨੂੰ ਦੇਣਾ ਚਾਹਾਂਗੀ ਅਤੇ ਸਭ ਤੋਂ ਵੱਧ ਮੇਰੇ ਮਾਤਾ ਪਿਤਾ ਨੂੰ ਦੇਣਾ ਚਾਹਾਂਗੀ। ਮੈਂ 10ਵੀਂ ਜਮਾਤ ਵਿੱਚੋਂ ਇੰਗਲਿਸ਼ ਵਿੱਚੋਂ 99% ਅੰਕ ਪ੍ਰਾਪਤ ਕਰਕੇ ਅਤੇ ਮੈਥ ਅਤੇ ਹਿੰਦੀ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦੀ ਸ਼ਾਨ ਵਧਾਈ, ਜਿਸ ਕਰਕੇ ਮੈਨੂੰ ਬਹੁਤ ਖੁਸ਼ੀ ਮਿਲ ਰਹੀ ਹੈ। ਅੱਗੇ ਤੋਂ ਮੈਂ ਬਹੁਤ ਇਸੇ ਤਰ੍ਹਾਂ ਬਹੁਤ ਮਨ ਲਾ ਕੇ ਪੜ੍ਹਾਈ ਕਰਾਂਗੀ ਅਤੇ ਅੱਗੇ ਮੈਂ ਨੋਨ ਮੈਡੀਕਲ ਪਲੱਸ ਐਡੀਸ਼ਨਲ ਬਾਇਓ ਰੱਖਣੀ ਹੈ ਅਤੇ ਅਗਲੇ ਆਪਣੇ ਪਲੱਸ ਟੂ ਵਿੱਚੋਂ ਵੀ ਐਵੇਂ ਨੰਬਰ ਲੈਣ ਦੀ ਆਪਣੀ ਮੈਂ ਕੋਸ਼ਿਸ਼ ਜ਼ਰੂਰ ਕਰ। ਮੈਂ ਤਰਨਦੀਪ ਕੌਰ, ਪੁੱਤਰੀ ਸਰਦਾਰ ਗੁਰਦੇਵ ਸਿੰਘ, ਮੈਂ ਪਿੰਡ ਮਹਿਤਾਬਗੜ੍ਹ ਦੀ ਰਹਿਣ ਵਾਲੀ ਹਾਂ। ਮੈਂ ਦਸ਼ਮੇਸ਼ ਪਬਲਿਕ ਸਕੂਲ ਪਗੜਾਣਾ ਵਿੱਚੋਂ 10ਵੀਂ ਜਮਾਤ ਵਿੱਚੋਂ 94% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮੈਂ ਇੰਗਲਿਸ਼ ਵਿੱਚੋਂ 100 ਵਟਾ 100 ਅੰਕ ਪ੍ਰਾਪਤ ਕੀਤੇ।
ਮੈਂ ਇਸਦਾ ਸਿਹਰਾ ਆਪਣੇ ਚੇਅਰਮੈਨ ਸਰ ਸਤਨਾਮ ਸਿੰਘ ਘੁੰਮਨ ਔਰ ਆਪਣੇ ਪ੍ਰਿੰਸੀਪਲ ਮੈਮ ਵਰਿੰਦਰ ਕੌਰ ਨੂੰ ਦੇਣਾ ਚਾਹੁੰਦੀ ਹਾਂ ਅਤੇ ਸਮੂਹ ਸਟਾਫ ਔਰ ਆਪਣੇ ਪੇਰੈਂਟਸ ਨੂੰ ਦੇਣਾ ਚਾਹੁੰਦੀ ਹਾਂ। ਅਤੇ ਮੈਂ ਅੱਗੇ ਚੱਲ ਕੇ ਪਲੱਸ ਵਨ ਵਿੱਚ ਆਰਟਸ ਵਿਦ ਮੈਥਸ ਰੱਖਣਾ ਔਰ ਮੈਂ ਅੱਗੇ ਚੱਲ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਟੋਪ ਪੋਜੀਸ਼ਨ ਹਾਸਿਲ ਕੀਤੀ ਹੈ ਅਤੇ ਮੈਂ ਅੱਗੇ ਚੱਲ ਕੇ ਵੀ ਇਸੇ ਤਰ੍ਹਾਂ ਮਿਹਨਤ ਕਰਾਂਗੀ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਾਂਗੀ। ਡਾਟਰ ਆਫ ਸੁਰਿੰਦਰ ਸਿੰਘ ਪਿੰਡ ਹਾਰਨਾ ਦੀ ਰਹਿਣ ਵਾਲੀ ਹਾਂ। ਮੈਂ ਦਸਵੀਂ ਜਮਾਤ ਵਿੱਚ ਦਸ਼ਮੇਸ਼ ਪਬਲਿਕ ਸਕੂਲ ਵਿੱਚੋਂ 92% ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ। ਮੈਂ ਇਸਦਾ ਸਹਿਰਾ ਆਪਣੇ ਪ੍ਰਿੰਸੀਪਲ ਮੈਮ ਵਿੰਦਰਪਾਲ ਕੌਰ ਅਤੇ ਚੇਅਰਮੈਨ ਸਰ ਸਤਨਾਮ ਸਰ ਨੂੰ ਦੇਣਾ ਚਾਹੁੰਦੀ ਹਾਂ ਅਤੇ ਸਮੂਹ ਸਟਾਫ ਅਤੇ ਮੇਰੇ ਮਾਤਾ ਪਿਤਾ ਦਾ ਵੀ ਇਸ ਵਿੱਚ ਬਹੁਤ ਵੱਡਾ ਹਿੱਸਾ ਹੈ। ਫਤਿਹਗੜ੍ਹ ਸਾਹਿਬ ਤੋਂ SMR ਨਿਊਜ਼ ਦੇ ਲਈ ਭਿੰਦਰ ਮਾਨ ਦੀ ਰਿਪੋਰਟ।